ਪੰਜਾਬ ਵਿੱਚ ਨਸ਼ੇ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਛੇੜੀ ਗਈ ਮੁਹਿੰਮ ਤਹਿਤ ਹੁਸ਼ਿਆਰਪੁਰ ਦੇ ਕਸਬਾ ਚੱਬੇਵਾਲ ਤੋਂ ਦੋ ਵੱਖ-ਵੱਖ ਲੋਕਾਂ ਕੋਲੋਂ ਪੁਲਿਸ ਨੇ 5,070 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਨੇ। ਇਹਨਾਂ ਵਿੱਚੋਂ ਇੱਕ ਦੋਸ਼ੀ ਆਪਣੇ ਆਪ ਨੂੰ ਅਕਾਲੀ ਦਲ ਦੇ ਨੇਤਾ ਦਾ ਭਰਾ ਦੱਸ ਰਿਹਾ ਅਤੇ ਦੂਜਾ ਆਪਣੇ ਆਪ ਨੂੰ ਬਸਪਾ ਨੇਤਾ ਦਾ ਭਰਾ ਹੋਣ ਦਾ ਦਾਅਵਾ ਕਰ ਰਿਹਾ। ਫਿਲਹਾਲ ਪੁਲਿਸ ਨੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏਐਸਆਈ ਓਮ ਪ੍ਰਕਾਸ਼ ਤੇ ਏਐਸਆਈ ਅਵਤਾਰ ਸਿੰਘ ਨੇ ਅਲੱਗ ਅਲੱਗ ਪੁਲਿਸ ਪਾਰਟੀਆਂ ਦੇ ਨਾਲ ਨਾਕਾਬੰਦੀ ਕੀਤੀ ਸ਼ੱਕ ਦੇ ਆਧਾਰ ਉੱਪਰ, ਜਿਨ੍ਹਾਂ ਦੇ ਉੱਪਰ ਹਰਜੀਤ ਸਿੰਘ ਨੂੰ ਆਪਣੇ ਏਐਸਆਈ ਓਮ ਪ੍ਰਕਾਸ਼ ਜੀ ਨੇ ਕਾਬੂ ਕੀਤਾ ਪੁਲਿਸ ਪਾਰਟੀ ਦੇ ਨਾਲ, ਜਿਨ੍ਹਾਂ ਕੋਲੋਂ 570 ਕੈਪਸੂਲ ਟਰਾਮਾਡੋਲ ਦੇ ਬਰਾਮਦ, ਜੋ ਐਂਟੀਡਿਪ੍ਰੈਸੈਂਟ ਦੇ ਦਾਇਰੇ 'ਚ ਹੁੰਦਾ, ਜਿਸ ਨਾਲ ਅੱਜ ਦੀ ਡੇਟ ਦੇ ਵਿੱਚ ਕਾਫੀ ਵਿਅਕਤੀ ਨਸ਼ੇ ਦੇ ਨਾਲ ਪੰਜਾਬ ਸਰਕਾਰ ਦੇ ਹਦਾਇਤਾਂ ਮੁਤਾਬਕ ਨਸ਼ੇ ਨਕੇਲ ਕਸੀ ਹੋਈ ਹੈ, ਵੀ ਨਸ਼ਾ ਖਤਮ ਕੀਤਾ। ਅਤੇ ਦੂਸਰਾ ਵਿਅਕਤੀ ਹਰਜਿੰਦਰ ਸਿੰਘ ਧਾਮੀ, ਜੋ ਕਿ ਹੁਸ਼ਿਆਰਪੁਰ ਵਿਖੇ ਮੈਡੀਕਲ ਸਟੋਰ ਹੋਲਸੇਲ ਦਾ ਕੰਮ ਕਰਦਾ, ਜਿਹੜਾ ਵੀ 4500 ਗੋਲੀਆਂ ਦੀ ਆਪਣੀ ਇੱਧਰ ਸਪਲਾਈ ਸਾਡੇ ਇਲਾਕੇ ਦੇ ਵਿੱਚ ਕਰਨ ਆ ਰਿਹਾ ਸੀਗਾ, ਜਿਹਨੂੰ ਸਾਡੇ ਏਐਸਆਈ ਅਵਤਾਰ ਸਿੰਘ ਨੇ ਪੁਲਿਸ ਪਾਰਟੀ ਦੇ ਨਾਲ ਕਾਬੂ ਕੀਤਾ, ਜੋ ਆਪਣੀ ਕਾਰ ਦੇ ਵਿੱਚ ਸੀਗਾ, ਉਹਦੀ ਕਾਰ ਵੀ ਕਬਜ਼ੇ ਵਿੱਚ ਲਈ ਹੈ, ਅਤੇ ਜਿਹੜਾ ਸਮਾਨ ਹੈ 4500 ਟੈਬਲੇਟਸ ਨਸ਼ੇ ਦੇ ਵਿੱਚ ਆਉਂਦੀਆਂ ਨੇ, ਉਹ ਵੀ ਅਸੀਂ ਕਾਬੂ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਇਹਨਾਂ ਦੋਨੋਂ ਆਰੋਪੀਆਂ ਕੋਲੋਂ ਟੋਟਲ 5,070 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਨੇ, ਜੋ ਕਿ ਬੜੀ ਭਾਰੀ ਮਾਤਰਾ ਦੇ ਵਿੱਚ ਬਰਾਮਦ ਹੋਈਆਂ ਨੇ, ਅਤੇ ਅੱਗੇ ਵੀ ਤਫਤੀਸ਼ ਇਹਦੀ ਜਾਰੀ ਰਹੂਗੀ, ਪੁੱਛਗਿੱਛ ਕਰਕੇ ਜੋ ਵੀ ਅਗਲੇ ਕਾਰਵਾਈ ਹੋਊਗੀ ਆਪਾਂ ਅੱਗੇ ਤਫਤੀਸ਼ ਕਰਕੇ ਹੋਰ ਵਾਧਾ ਕਰਾਂਗੇ। ਪੀ ਦੇ ਦੱਸਣ ਮੁਤਾਬਕ ਦੱਸਿਆ ਵੀ ਉਸਨੇ ਮੇਰਾ ਭਰਾ ਜਿਹੜਾ ਦਲਜਿੰਦਰ ਸਿੰਘ ਧਾਮੀ, ਹੁਸ਼ਿਆਰਪੁਰ ਸ਼ਹਿਰੀ ਪ੍ਰਧਾਨ ਹੈ, ਅਤੇ ਜਿਹੜਾ ਦੂਸਰਾ ਮੇਰਾ ਭਰਾ ਸੁਰਿੰਦਰ ਸਿੰਘ, ਉਹ ਹਲਕਾ ਚਾਮ ਸ਼ਾਮ ਚੁਰਾਸੀ ਤੋਂ BSP ਦਾ ਜੱਟ ਕੌਮ ਦਾ ਪ੍ਰਧਾਨ ਹੈ।